ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਟੇਸਟੀ ਕਾਲੇ ਛੋਲੇਆਂ ਦੀ ਸਬਜ਼ੀ ਬਹੁਤ ਜ਼ਿਆਦਾ ਗਾੜੀ ਬਣ ਕੇ ਤਿਆਰ ਹੋਊਗੀ ਤੇ ਵਿੱਚ ਪਾਵਾਂਗੇ ਜੀ ਆਪਾਂ ਆਲੂ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਇੱਕ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਜੇ ਵੀਡੀਓ ਨਾਭਦਿਆ ਲੱਗੀ ਤਾਂ ਤੁਸੀਂ ਡਿਸਲਾਈਕ ਕਰਦੇ ਹੋ ਜੀ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਲੈ ਆਪਾਂ ਨੇ ਛੋਲੇ ਛੋਲੇ ਨੂੰ ਤੁਸੀਂ ਪਹਿਲਾਂ 7-8 ਘੰਟੇ ਵਾਸਤੇ ਭਿਉਂ ਦਾਣਾ ਜੀ ਮੈਂ ਰਾਤ ਨੂੰ ਭਿਉਂਦੇ ਹੁੰਦੀ ਹੁੰਨੀ ਆ ਤੇ ਸਵੇਰੇ ਸਬਜ਼ੀ ਬਣਾਉਣੀ ਹੁੰਦੀ ਆ ਜੀ ਤੇ ਮੈਂ ਭਿਉਂਤੇ ਹੋਏ ਸੀਗੇ ਤੇ ਇਹਨਾਂ ਦਾ ਆਪਾਂ ਨੇ ਪਾਣੀ ਢੋਲਤਾ ਤੇ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਕੇ ਆਪਾਂ ਨੇ ਕੁੱਕਰ ਦੇ ਵਿੱਚ ਪਾ ਲਏ ਆ ਜੀ ਤੇ ਇਧਰਲੀ ਸਾਈਡ ਆਪਾਂ ਨੇ ਲਏ ਆ ਆਲੂ ਇਹ ਤੁਸੀਂ ਆਪਣੀ ਮਰਜ਼ੀ ਨਾਲ ਪਾ ਲਿਓ ਜੀ ਵੀ ਤੁਸੀਂ ਕਿੰਨੇ ਕੁ ਪਾਉਣੇ ਚਾਹੁੰਦੇ ਹੋ ਤੇ ਲੋ ਜੀ ਕੁੱਕਰ ਨੂੰ ਆਪਾਂ ਨੇ ਗੈਸ ਤੇ ਰੱਖਤਾ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਣੀ ਪਾਣੀ ਆਪਾਂ ਨੇ ਬਹੁਤਾ ਜ਼ਿਆਦਾ ਨਹੀਂ ਜੀ ਪਾਉਣਾ ਹੈਗਾ ਪਾਣੀ ਥੋੜਾ ਜਿਹਾ ਉੱਪਰ ਚਾਹੀਦਾ ਛੋਲੇਆਂ ਤੋਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਲੂ ਕਿਉਂਕਿ ਜੇ ਆਪਾਂ ਨਾ ਜ਼ਿਆਦਾ ਪਾਣੀ ਪਾ ਲੰਨੇ ਆ ਫਿਰ ਉਹ ਪਾਣੀ ਜ਼ਿਆਦਾ ਹੋਣ ਕਰਕੇ ਨਾ ਰਿੱਜਣ ਨੂੰ ਛੋਲੇ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਪਾਣੀ ਹਮੇਸ਼ਾ ਹਿਸਾਬ ਦਾ ਹੀ ਪਾਓ ਜੀ ਤੇ ਲਓ ਜੀ ਆਲੂ ਪਾ ਕੇ ਆਪਾਂ ਨੇ ਹਲਦੀ ਪਾ ਦਿੱਤੀ ਹੈ ਜੀ ਜੇ ਤੁਸੀਂ ਠੰਡ ਦੇ ਮੌਸਮ ਵਿੱਚ ਸਬਜ਼ੀ ਬਣਾਉਣੀ ਹੋ ਤਾਂ ਵਿੱਚ ਮੇਥੀ ਦਾਣਾ ਜ਼ਰੂਰ ਪਾਇਆ ਕਰੋ ਜੀ ਇਹ ਬਹੁਤ ਵਧੀਆ ਰਹਿੰਦਾ ਸਰੀਰ ਵਾਸਤੇ ਤੇ ਵਿੱਚ ਪਾਵਾਂਗੇ ਆਪਾਂ ਚਾਰ ਕਾਲੀਆਂ ਮਿਰਚਾਂ ਤੇ ਇੱਕ ਪਾਵਾਂਗੇ ਆਪਾਂ ਵਿੱਚ ਲੌਂਗ ਇਹਦੇ ਨਾਲ ਤਰੀ ਦੇ ਟੇਸਟ ਵਿੱਚ ਬਹੁਤ ਜ਼ਿਆਦਾ ਫਰਕ ਹੋ ਜਾਂਦਾ ਹੈ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਇੱਕ ਤੇਜ ਪੱਤਾ ਤੇ ਆਪਾਂ ਪਾਵਾਂਗੇ ਜੀ ਵਿੱਚ ਨਮਕ ਨਮਕ ਪਾ ਕੇ ਕੁੱਕਰ ਦਾ ਢੱਕਣ ਜੀ ਆਪਾਂ ਕਰਦਾਂਗੇ ਬੰਦ ਬੰਦ ਕਰ ਬੰਦ ਕਰਕੇ ਜੀ ਕੁੱਕਰ ਨੂੰ ਆਪਾਂ 20 25 ਮਿੰਟ ਵਾਸਤੇ ਆਪਾਂ ਪਕਾਵਾਂਗੇ ਜੀ 25 ਕਿ ਮਿੰਟ ਤਾਂ ਲੱਗ ਜੰਨੇ ਆ ਛੋਲੇ ਬਣਨ ਵਾਸਤੇ ਤੇ ਇਧਰ ਆਪਾਂ ਤੜਕਾ ਤਿਆਰ ਕਰ ਲਾਂਗੇ ਜੀ ਆਪਾਂ ਨੇ ਡੇਢ ਕ ਪਿਆਜ਼ ਲਿਆ ਹੈ ਲਸਣ ਅਦਰਕ ਤੇ ਹਰੀਆਂ ਮਿਰਚਾਂ ਲਈਆਂ ਇਹਨਾਂ ਦਾ ਆਪਾਂ ਪੇਸਟ ਬਣਾਵਾਂਗੇ ਜੀ ਕੜਾਹੀ ਆਪਣੇ ਗੈਸ ਤੇ ਰੱਖ ਲਈ ਹੈ ਜੀ ਵਿੱਚ ਪਾਵਾਂਗੇ ਦੇਸੀ ਘਿਓ ਤੁਸੀਂ ਤੇਲ 'ਚ ਵੀ ਬਣਾ ਸਕਦੇ ਆ ਜੀ ਘਿਓ ਆਪਣਾ ਗਰਮ ਹੋ ਗਿਆ ਜੀ ਵਿੱਚ ਪਾ ਦਾਂਗੇ ਆਪਾਂ ਜੀਰਾ ਜੀਰਨ ਥੋੜਾ ਜਿਹਾ ਆਪਾਂ ਸੇਕ ਜਿਆ ਲਵਾ ਲਾਂਗੇ ਜੀਰਾ ਆਪਣਾ ਭੁੱਜ ਚੁੱਕਿਆ ਜੀ ਹੁਣ ਆਪਾਂ ਜਿਹੜਾ ਪੇਸਟ ਬਣਾਇਆ ਸੀਗਾ ਇਹ ਪਾਵਾਂਗੇ ਵਿੱਚ ਤੇ ਚੰਗੀ ਤਰ੍ਹਾਂ ਆਪਾਂ ਕਰ ਦਾਂਗੇ ਇਹਨੂੰ ਮਿਕਸ ਤੇ ਲਗਾਤਾਰ ਹਲਾ ਹਲਾ ਕੇ ਆਪਾਂ ਇਹਨਾਂ ਨੂੰ ਪਕਾਉਣਾ ਹੈ ਜੀ ਮਸਾਲਾ ਭੁੰਣਾ ਬਹੁਤ ਜ਼ਰੂਰੀ ਹੈ ਇਹ ਨਹੀਂ ਜੀ ਕੱਚਾ ਹੋਣਾ ਚਾਹੀਦਾ ਹੈਗਾ ਤੇ ਲਓ ਜੀ 2-3 ਮਿੰਟ ਹੋ ਗਏ ਆ ਇਸ ਤਰ੍ਹਾਂ ਤਾਂ ਹੋ ਗਿਆ ਤੇ ਹੁਣ ਆਪਾਂ ਨੇ ਹੜਦੀ ਭਾਤੀ ਹੈ ਵਿੱਚ ਤੇ ਆਪਾਂ ਨੇ ਲਾਲ ਮਿਰਚ ਪਾਊਡਰ ਪਾਤਾ ਹੈ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਹਰਦੀ ਨੂੰ ਵੀ ਥੋੜਾ ਜਿਹਾ ਸੇਕ ਲੱਗ ਜਾਊਗਾ ਤੇ ਫਿਰ ਨਾਲੇ ਹੋਰ ਮਸਾਲਾ ਆਪਣਾ ਪੱਕ ਜਾਊਗਾ। ਲਓ ਜੀ ਇਸ ਤਰ੍ਹਾਂ ਦਾ ਹੋ ਗਿਆ ਤੇ ਇਹਦੇ ਵਿੱਚ ਪਾ ਦਦੇ ਆਪਾਂ ਨੇ ਦੋ ਵੱਡੇ ਚਮਚ ਪਾਏ ਆ ਜੀ ਮੈਂ ਟਮਾਟਰ ਸੌਸ ਦੇ। ਤੁਸੀਂ ਟਮਾਟਰ ਵੀ ਪਾ ਸਕਦੇ ਹੋ ਜੀ ਕੱਟ ਕੇ ਪਾ ਲਿਓ ਨਹੀਂ ਤੁਸੀਂ ਕद्दूकस ਕਰਕੇ ਪਾ ਲਿਓ ਜੀ ਉਹ ਵੀ ਠੀਕ ਰਹਿੰਦਾ ਹੈ। ਤੇ ਚੰਗੀ ਤਰ੍ਹਾਂ ਆਪਾਂ ਕਰ ਲਾਂਗੇ ਜੀ ਮਿਕਸ ਤੇ ਹੁਣ ਆਪਾਂ ਪਾਵਾਂਗੇ ਨਮਕ। ਨਮਕ ਆਪਾਂ ਨੇ ਘੱਟ ਪਾਉਣਾ ਜੀ ਕਿਉਂਕਿ ਆਪਾਂ ਨੇ ਪਹਿਲਾਂ ਛੋਲਿਆਂ ਦੇ ਵਿੱਚ ਵੀ ਨਮਕ ਪਾਇਆ ਸੀਗਾ। ਨਮਕ ਪਾ ਕੇ ਆਪਾਂ ਚੰਗੀ ਤਰ੍ਹਾਂ ਹੁਣ ਇਹਨੂੰ ਆਪਾਂ ਮਿਕਸ ਕਰ ਲੈਣੇ ਆਂ ਜੀ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਗਰਮ ਮਸਾਲਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਮਸਾਲਾ ਆਪਣਾ ਜੀ ਬਣ ਕੇ ਤਿਆਰ ਆ ਇਧਰ ਆਪਾਂ ਛੋਲਿਆਂ ਨੂੰ ਦੇਖਦੇ ਆਂ ਜੀ ਕੁੱਕਰ ਦਾ ਪ੍ਰੈਸ਼ਰ ਖਤਮ ਹੋ ਗਿਆ ਜੀ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਆਂ ਵੀ ਕਿਸ ਤਰ੍ਹਾਂ ਦਾ ਹੈ ਛੋਲਿਆਂ ਨੂੰ ਇੱਕ ਵਾਰ ਆਪਾਂ ਚੈੱਕ ਕਰ ਲੈਣੇ ਆਂ ਵੀ ਕਿਤੇ ਕੱਚੇ ਤਾਂ ਨਹੀਂ ਹੈਗੇ 25 ਮਿੰਟ ਚ ਤਾਂ ਬਣ ਜੰਨੇ ਹੋਣੇ ਆ ਜੀ ਲਓ ਜੀ ਛੋਲੇ ਆਪਣੇ ਬਣ ਚੁੱਕੇ ਆ ਤੇ ਜੇ ਤੁਹਾਨੂੰ ਥੋੜਾ ਜਿਹਾ ਲੱਗੇ ਵੀ ਇਹ ਮਤਲਬ ਪਤਲੀ ਪਤਲੀ ਜੀ ਤਰੀ ਫਿਰ ਨਾ ਤੁਸੀਂ ਇਹਨਾਂ ਨੂੰ ਆਲੂਆਂ ਨੂੰ ਇਸ ਤਰ੍ਹਾਂ ਪਹਿਲਾਂ ਭਨ ਲਿਓ ਜੀ ਕੁੱਕਰ ਦੇ ਵਿੱਚ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਜੀ ਤੇ ਲਓ ਜੀ ਆਪਣਾ ਮਸਾਲਾ ਤਿਆਰ ਸੀਗਾ ਤੇ ਹੁਣ ਆਪਾਂ ਛੋਲੇ ਤੇ ਆਲੂਆਂ ਨੂੰ ਜਿਹੜੇ ਉਬਾਲੇ ਸੀਗੇ ਪਾਵਾਂਗੇ ਆਪਾਂ ਕੜਾਹੀ ਦੇ ਵਿੱਚ ਕੜਾਹੀ ਦੇ ਵਿੱਚ ਪਾ ਕੇ ਜੀ ਪਰ ਚੰਗੀ ਤਰ੍ਹਾਂ ਹੁਣ ਕਰਾਂਗੇ ਇਹਨਾਂ ਨੂੰ ਮਿਕਸ ਆਹ ਲਓ ਜੀ ਮਿਕਸ ਕਰਕੇ ਆਪਾਂ 1-2 ਮਿੰਟ ਵਾਸਤੇ ਪਕਾ ਲਾਂਗੇ ਜੀ ਇਹਨੂੰ ਦੇਖੋ ਕਿੰਨੀ ਗਾੜੀ ਧਰੀ ਬਣ ਕੇ ਤਿਆਰ ਆ ਜੀ ਧਰੀ ਜਿਨੀ ਤੁਸੀਂ ਗਾੜੀ ਜਾਂ ਪਤਲੀ ਰੱਖਣੀ ਚਾਹੁੰਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੀ ਛੋਲੇ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਜੀ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਖਾ ਕੇ ਦੇਖਿਓ ਜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਸਬਜ਼ੀ ਤਿਆਰ ਹੁੰਦੀ ਹੈ ਜੀ ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਓ ਖਾਓ ਤੇ ਕਰੋ ਇੰਜਵਾਏ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much ਜੀ